ਅੱਜ ਸਾਡੇ ਨਾਲ ਮੌਜੂਦ ਨੇ ਬਦਕਿਸਮਤ ਟੀਮ ਦੇ ਪਾਇਲਟ। ਇਹਨਾਂ ਕੋਲੋਂ ਪੁੱਛਾਂਗੇ ਕਿ ਤੁਸੀਂ ਇੰਨੀ ਜ਼ਲਾਲਤ ਤੋਂ ਬਾਅਦ ਕੀ ਮਹਿਸੂਸ ਕਰ ਰਹੇ ਹੋ। ਸਾਡੇ ਨਾਲ ਮੌਜੂਦ ਨੇ ਰਾਣਾ ਫਵਾਦ ਆਲਮ ਸਾਹਿਬ ਜੀ। ਜਨਾਬ ਸੁਣਿਆ ਇਹ ਰੋਲ ਤੇ ਗਏ ਪਰ ਚਸ ਬੜੀ ਆਈਏ। ਮੈਂ ਇੰਨਾ ਖੁਸ਼ ਹਾਂ ਜਨਾਬ, ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੇ ਮੈਂ ਜ਼ਲੀਲ ਹੋ ਕੇ ਕਿੰਨੀ ਖੁਸ਼ੀ ਮਨਾ ਰਿਹਾ। ਪਹਿਲੀ ਗੱਲ ਤੇ ਆ ਵੇ ਜਨਾਬ, ਯਕੀਨ ਕਰੋ ਕਿ ਉਮਰ ਅਕਮਲ ਵਰਗਾ ਚਵਲ ਮੈਂ ਅੱਜ ਤੱਕ ਦੇਖਿਆ ਹੀ ਨਹੀਂ। ਯਾਨੀ ਕਿ ਚਵਲ ਏ ਔਰ ਬਹੁਤ ਜ਼ਿਆਦਾ ਚਵਲ, ਮੈਂ ਦਿਲੋਂ ਕਹਿ ਰਿਹਾ ਭੈਣ, ਇਹ ਐਡਾ ਵੱਡਾ ਚਵਲ ਜੇ ਨਹੀਂ ਇਹ ਛੋਟਾ, ਐਡਾ ਵੱਡਾ ਚਵਲ ਜੇ ਇਹ ਵੀ ਬਹੁਤ ਛੋਟਾ ਭੈਣ, ਐਡਾ ਵੱਡਾ ਚਵਲ ਜੇ ਇਹ ਬਹੁਤ ਵੱਡਾ ਚਵਲ ਹੈ ਜਨਾਬ, ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਯਾਨੀ ਵੇਖੋ ਤੁਸੀਂ, ਸਾਡੀ ਟੀਮ ਵਿੱਚ ਸੀ ਤੇ ਖੇਡਦੇ ਨਹੀਂ ਸੀ, ਇਹਨੂੰ ਸੋਕੜਾ ਹੋ ਗਿਆ ਸੀ, ਲੇਕਿਨ ਜਿਵੇਂ ਕੋਇਟਾ ਚ ਗਿਆ ਇਹਨੇ ਭੈਣ ਵਖਤ ਪਾ ਤੇ, ਇਹ ਉੱਥੇ ਛੱਕੇ ਇੰਜ ਮਾਰਨ ਡਿਆ ਜਿਵੇਂ ਲੋਕੀ ਜੁਆ ਮਾਰਦੇ। ਮੈਂ ਇੱਥੇ ਰਹਿਣੀ ਨਹੀਂ ਭੈਣ, ਜੋ ਮੇਰੇ ਨਾਲ ਇਹਨਾਂ ਕੀਤੀ ਗੱਲ ਹੋ ਰਹੀਆਂ ਮੈਂ ਰਹਿਣੀ ਨਹੀਂ, ਮੈਂ ਕਰਾਚੀ ਰਹਿ ਲੂੰਗਾ। ਮੈਂ ਇਸ ਟੀਮ ਤੋਂ ਅੱਗ ਗਿਆ, ਮੈਂ ਇਹਨਾਂ ਨੂੰ ਯਕੀਨ ਮੰਨੋ ਇੱਥੇ ਬਾਹਰ ਕੱਢ ਕੇ ਗੋਲੀਆਂ ਮਾਰਾਂਗਾ ਇਹਨਾਂ ਸਾਰਿਆਂ ਨੂੰ, ਫਿਰ ਇਹਨਾਂ ਨਾਲ ਮੈਂ ਇੰਨੀ ਬੁਰੀ ਕਰਨੀ, ਮੈਂ ਇਹਨਾਂ ਨੂੰ ਕਰਾਚੀ ਲਿਜਾ ਕੇ ਮਾਰਾਂਗਾ ਯਕੀਨ ਕਰੋ। ਉਸ ਤੋਂ ਬਾਅਦ ਇਹ ਕੁਝ ਨਹੀਂ, ਮੈਂ ਇਹਨਾਂ ਨੂੰ ਹੈਲੀਕਾਪਟਰ ਦੇ ਪੱਖੇ ਨਾਲ ਲਟਕਾ ਕੇ ਪਾਉਂ ਫਿਰ ਇਹ ਨਾ ਦੇਵਾਂ ਤੇ ਯਕੀਨ ਮੇਰਾ ਨਾਰਨਾ ਟੁੰਗਾ ਨਹੀਂ ਭੈਣ, ਮੈਂ ਵੇਖੋ ਇੰਤਕਾਮ ਦੀ ਆਖਰੀ ਹੱਦ ਤੱਕ ਜਾਵਾਂਗਾ। ਹੁਣ ਇਹ ਨਹੀਂ ਬਚਦੇ ਮੇਰੇ ਹੱਥੋਂ, ਮਰ ਜਾਣਗੇ।